सियासी तौर पर अमेरिका वर्गे मुल्कां दी थानेदारी हैंकड़ है जिहड़ी सामने आ गई है जदों अमेरिका दे सदर ने कह दिता कि जे भारत सानू दवाइयां नहीं दिंदा तां असीं भी सोचांगे किसदा की जवाब है। विश्व दा शक्तिशाली मुल्क अज दवाइयां दे वास्ते एक आम मुल्क नूं धमकियां भी दे रहा है। तुसीं औकात वेखो, रिश्तियां दा कोई घाण करदे आ लोक, मानवता दा घाण करदे आ, कुदरत दा घाण करदे आ कि इधरों भी आ जाए इधरों भी आ जाए। आखिर देख के तुसीं अपनी उस औलाद नूं जाणा जिहड़ी तुहाडा संस्कार तक करन नूं तैयार है। यूट्यूब जैलो ट्यूब भी बन गई है, कईआं दी रोजी रोटी चलदी है खैर इस तों, उह भी लोकां नूं बहुत डराउंदे आ। कहिंदे मजीठे वाले अमलियां नूं मौजां लग पईआं, इक दिन जिहड़े दवाई नूं तरसदे सी हुण कट्ठियां मिल गईआं। ਗੌਰਮੈਂਟਾਂ ਨੇ ਆਪਣੀ ਨਾਕਾਮੀਆਂ ਛੁਪਾਉਣ ਦੇ ਵਾਸਤੇ ਕਦੇ ਥਾਲੀਆਂ ਖੜਕਵਾ ਦੀਆਂ, ਕਦੇ ਮੋਮਬੱਤੀਆਂ ਜਗਵਾ ਦੀਆਂ। ਇਹਨਾਂ ਨੇ ਅੱਜ ਤੱਕ 70-72 ਸਾਲ ਦੇ ਵਿੱਚ ਨਾ ਹੀ ਸਾਡਾ ਹੈਲਥ ਸਿਸਟਮ ਸੁਧਾਰਿਆ, ਨਾ ਹੀ ਐਜੂਕੇਸ਼ਨ। ਜਦੋਂ ਤੁਸੀਂ ਆਪਣੇ ਵੋਟਾਂ ਲੈਣੀਆਂ ਹੁੰਦੀਆਂ ਜਾਂ ਆਪਣੇ ਆਪ ਨੂੰ ਤੁਸੀਂ ਉਹਨਾਂ ਗੱਡੀਆਂ ਅਤੇ ਉਹਨਾਂ ਪੁਜੀਸ਼ਨ 'ਤੇ ਪਹੁੰਚਣਾ, ਉਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ। ਅੱਜ ਲੋਕਾਂ ਨੂੰ ਤੁਹਾਡੀ ਲੋੜ ਆ, ਤੁਸੀਂ ਕਿਉਂ ਨਹੀਂ ਲੋਕਾਂ ਜਾਣਦੇ? ਜਨਸੰਘ ਦਾ ਚੋਣ ਨਿਸ਼ਾਨ ਜਿਹੜਾ ਹੈਗਾ ਉਹ ਦੀਵਾ ਸੀ। ਬੜੇ ਲੰਮੇ ਸਾਲ ਇਹ ਦੀਵਾ ਚੋਣ ਨਿਸ਼ਾਨ 'ਤੇ ਚੋਣ ਲੜਦੇ ਰਹੇ ਨੇ, ਇਸੇ ਕਰਕੇ 40 ਸਾਲ ਪੂਰੇ ਹੋਏ ਨੇ ਅਗਲੇ ਦਾ ਦੀਵਾ, ਹੁਣ ਮਗਧਾ ਚਮੱਖੀ ਆ ਦੀਵਾ। ਇਸ ਵਪਾਰਕ ਵਕਫੇ ਤੋਂ ਬਾਅਦ ਸਤਿਕਾਰਯ ਦਰਸ਼ਕਾਂ ਦਾ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪਟਿਆਲਾ ਸਟੂਡੀਓ ਤੋਂ 5 ਦਿਨ ਪੇਸ਼ ਕੀਤਾ ਜਾਂਦਾ। ਇਸੇ ਤਰ੍ਹਾਂ ਰਾਤ ਨੂੰ ਵੀ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਰਾਤੀ 7:30 ਤੋਂ ਲੈ ਕੇ 8:30 ਤੱਕ 1 ਘੰਟਾ ਪ੍ਰੋਗਰਾਮ ਹੁੰਦਾ ਹੈ ਗਲੋਬਲ ਗੱਲਬਾਤ। ਇਹਨਾਂ ਦੋਨੋਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ, ਫੋਨ ਨੰਬਰ 01775-5156। ਇੰਟਰਨੈਸ਼ਨਲ ਕਾਲ ਨੰਬਰ ਹੈ 201-301-2785। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਵੇਖਣ ਵਾਸਤੇ ਗਲੋਬਲ ਪੰਜਾਬ ਦੀਆਂ ਐਪਲੀਕੇਸ਼ਨ ਤੁਸੀਂ ਐਮਾਜ਼ੋਨ ਫਾਇਰ ਤੋਂ, ਰੋਕੋ ਤੋਂ, ਐਪਲ ਟੀ ਵੀ, IPTV ਤੋਂ ਡਾਊਨਲੋਡ ਕਰੋ। ਫੋਨ ਦੇ ਜ਼ਰੀਏ ਵੇਖਣਾ ਐਂਡਰਾਇਡ ਅਤੇ iOS 'ਤੇ ਜਾ ਸਕਦੇ ਹੋ। ਕੈਨੇਡਾ ਦੇ ਵਿੱਚੋਂ ਤਾਂ ਸਾਡੇ ਚੈਨਲ ਪੰਜਾਬੀ TV ਨੂੰ ਜੋ ਕੈਨੇਡਾ ਦੇ ਵਿੱਚ ਚੱਲਦਾ ਉਸਨੂੰ ਤੁਸੀਂ ਕੇਬਲ ਨੈਟਵਰਕ ਰੋਜ਼ਰ ਬੈਲਸ਼ਾਹ ਅਤੇ ਟੈਲਸ ਦੇ ਰਾਹੀਂ ਵੇਖ ਸਕਦੇ ਹੋ। ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਇਸ ਕਰੋਨਾ ਦੇ ਨਾਲ ਸਮਾਜ ਦੇ ਵਿੱਚ ਕੀ ਤਬਦੀਲੀਆਂ ਆ ਰਹੀਆਂ ਨੇ। ਸਿਆਸੀ ਤੌਰ 'ਤੇ ਅਮੈਰੀਕਾ ਵਰਗੇ ਮੁਲਕਾਂ ਦੀ ਥਾਣੇਦਾਰੀ ਹੈਂਕੜ ਹੈ ਜਿਹੜੀ ਸਾਹਮਣੇ ਆ ਗਈ ਹੈ ਜਦੋਂ ਅਮੈਰੀਕਾ ਦੇ ਸਦਰ ਨੇ ਕਹਿ ਦਿੱਤਾ ਕਿ ਜੇ ਭਾਰਤ ਸਾਨੂੰ ਦਵਾਈਆਂ ਨਹੀਂ ਦਿੰਦਾ ਤਾਂ ਅਸੀਂ ਵੀ ਸੋਚਾਂਗੇ ਕਿਸ ਦਾ ਕੀ ਜਵਾਬ ਹੈ। ਅਤੇ ਭਾਰਤ ਨੇ ਸਿੱਧੇ ਹੁੰਦੇ ਹੋਏ ਕਹਿ ਦਿੱਤਾ ਕਿ ਅਸੀਂ ਜ਼ਰੂਰਤਮੰਦ ਮੁਲਕਾਂ ਨੂੰ ਦਵਾਈਆਂ ਦੇਵਾਂਗੇ। ਜਿਹਦੀ ਲਾਠੀ ਉਹਦੀ ਭੈਂਸ ਅੱਜ ਵੀ ਹੈ, ਇਹ ਗੱਲ ਮੰਨਣੀ ਹੈ। ਮਾਝੀ ਨਹੀਂ ਬਲਕਿ ਡੇਅਰੀ ਫਾਰਮ ਵੀ ਹੈ ਡਾਂਗ ਵਾਲੇ ਦਾ। ਦੂਸਰੇ ਪਾਸੇ ਆਪਣੇ ਆਪ ਨੂੰ ਵਿਸ਼ਵ ਦਾ ਸ਼ਕਤੀਸ਼ਾਲੀ ਮੁਲਕ ਅੱਜ ਦਵਾਈਆਂ ਦੇ ਵਾਸਤੇ ਇੱਕ ਆਮ ਮੁਲਕ ਨੂੰ ਧਮਕੀਆਂ ਵੀ ਦੇ ਰਿਹਾ। ਤੁਸੀਂ ਔਕਾਤ ਵੇਖੋ ਕਿ ਅੱਜ ਸਾਨੂੰ ਬਣਾਉਣਾ ਮਨੁੱਖਤਾ ਦੇ ਵਾਸਤੇ ਕੀ ਚਾਹੀਦਾ, ਪਰ ਅਸੀਂ ਬਣਾ ਕੀ ਰਹੇ ਹਾਂ। ਸੋ ਰਿਸ਼ਤੇ ਆ ਜਿਹੜੇ ਤਿੜਕ ਰਹੇ ਨੇ, ਪਰਿਵਾਰਕ ਮੈਂਬਰ ਜਿਨ੍ਹਾਂ ਦੇ ਬੰਦਾ ਵਾਸਤੇ ਬੰਦਾ 100 ਝੂਠ ਬੋਲਦਾ, ਮਿਹਨਤਾਂ ਮੁਸ਼ੱਕਤਾਂ ਕਰਦਾ ਕਿ ਆਹ ਵੀ ਪੈਸੇ ਬਣ ਜਾਣ, ਇੱਧਰੋਂ ਵੀ ਕਮਾ ਲਾਂ, ਇਹਦੀ ਵੀ ਠੱਗੀ ਮਾਰ ਲਾਂ। ਦੇਖੋ, ਇੱਕ ਤਾਂ ਹੈਗੀ ਜੋਬ, ਜੇ ਹਰ ਬੰਦੇ ਨੂੰ ਜੋ ਕਰਮ ਹੈ ਆਪਣਾ ਧਰਮ ਵੀ ਕਹਿੰਦਾ ਕਰਨਾ ਚਾਹੀਦਾ, ਕਿਰਤ ਨੂੰ ਤਵਜੋਂ ਸਿੱਖ ਧਰਮ ਨੇ ਉਚੇਚੀ ਦਿੱਤੀ ਹੈ। ਗੀਤਾ ਵੀ ਕਹਿੰਦੀ ਹੈ ਕਿ ਕਰਮ ਕਰੋ ਫਲ ਦੀ ਆਸ ਨਾ ਰੱਖੋ। ਹਰ ਧਰਮ ਦੇ ਵਿੱਚ ਕਿਰਤ ਨੂੰ ਤਵਜੋਂ ਹੈ, ਪਰ ਇੱਕ ਤਾਂ ਹੋ ਗਈ ਕਿਰਤ, ਇੱਕ ਹੁੰਦੀ ਹੈ ਮਤਲਬ ਲਾਲਚ ਕਿ ਇਹ ਪੈਸਾ ਇੱਧਰੋਂ ਵੀ ਪੈਸਾ। ਰਿਸ਼ਤਿਆਂ ਦਾ ਕੋਈ ਘਾਣ ਕਰਦੇ ਆ ਲੋਕ, ਮਾਨਵਤਾ ਦਾ ਘਾਣ ਕਰਦੇ ਆ, ਕੁਦਰਤ ਦਾ ਘਾਣ ਕਰਦੇ ਆ ਕਿ ਇੱਧਰੋਂ ਵੀ ਆ ਜਾਏ ਇੱਧਰੋਂ ਵੀ ਆ ਜਾਏ। ਆਖਰ ਦੇਖ ਕੇ ਤੁਸੀਂ ਆਪਣੀ ਉਸ ਔਲਾਦ ਨੂੰ ਜਾਣਾ ਜਿਹੜੀ ਤੁਹਾਡਾ ਸੰਸਕਾਰ ਤੱਕ ਕਰਨ ਨੂੰ ਤਿਆਰ ਨਹੀਂ। ਇਹ ਹਾਲਾਤ ਬਣ ਚੁੱਕੇ ਨੇ, ਫਿਰ ਯਾਰ ਕਿਸ ਵਾਸਤੇ ਅਸੀਂ ਇਹ ਕੁਚੱਜ ਕਰਦੇ ਹਾਂ। ਉਹ ਅੱਜ ਸਾਨੂੰ ਸ਼ਾਇਦ ਇਸ ਮਾੜੀ ਘੜੀ ਤੋਂ ਸਿੱਖਣ ਦੀ ਜ਼ਰੂਰਤ ਹੈ। ਸੰਸਾਰ ਬਹੁਤ ਸੁਖਾਲਾ ਹੋ ਸਕਦਾ ਜੇ ਅਸੀਂ ਆ ਕੁਝ ਵਹਿਵਤਾਨਾਂ ਜਿਹੜੀਆਂ ਛੱਡ ਦੇਈਏ। ਸੋ ਰਾਮ ਬਾਬਾ ਮਾਣੂਕੇ ਜੀ ਧੰਨਵਾਦ, ਜਗੀਰ ਸਿੰਘ ਬਹਿਲੋਲਪੁਰ ਤੋਂ ਆਪ ਜੀ ਦਾ ਵੀ ਧੰਨਵਾਦ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਦਾ ਵੀ ਆਪਦਾ ਧੰਨਵਾਦ ਹੈ। ਸਵਾਗਤ ਸਰ, ਤੁਸੀਂ ਆਨਰ ਹੋ। ਹੈਲੋ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਮੈਂ ਰਾਜਪਾਲ ਬੋਲਦਾ ਬੋਪਾਲ ਪਿੰਡ ਪੰਡੋਰੀ ਜ਼ਿਲ੍ਹਾ ਬਰਨਾਲਾ। ਪੰਡੋਰੀ ਬਰਨਾਲਾ ਤੋਂ? ਹਾਂਜੀ ਹਾਂਜੀ, ਬੋਪਾਲ ਹੈ ਸਾਹਿਬ। ਹਾਂਜੀ ਸਰ, ਪਹਿਲਾਂ ਤਾਂ ਵਾਹਿਗੁਰੂ ਫਤਿਹ ਜੀ। ਗੁਰਫਤਿਹ, ਇਹ ਪੰਡੋਰੀ ਕਿੱਥੇ ਕਿਆ? ਮੈਂ ਤਾਂ ਓਰਿਜਨਲ ਵਾਲੀ ਪੰਡੋਰੀ ਸੁਣੀ ਸੀ ਤੁਹਾਡੇ ਵਾਲੀ। ਮਹਿਲ ਕਲਾਂ ਕੋਲ ਹੈ ਜੀ। ਮਹਿਲ ਕਲਾਂ ਕੋਲ?
ਹੌਲੀ ਹੌਲੀ ਡੋਲੀ ਤੇਰੀ ਮਹਿਲ ਕਲਾਂ ਨੂੰ ਜਾਣੀ, ਮਹਿੰਦੀ ਦੇ ਬੂਟੇ ਨੂੰ ਪਾ ਦੇ ਭਾਬੀਏ ਪਾਣੀ। ਮਨਪ੍ਰੀਤ ਟਵਾਣਾ ਦਾ ਪਿੰਡ ਮਹਿਲ ਕਲਾਂ। ਜੀ ਜੀ ਹਾਂਜੀ 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 ਉਹਦੇ ਨਾਲ ਹੀ ਆ ਪਿੰਡ ਪੰਡੋਰੀ ਜਿੱਥੋਂ ਕੁਲਵੰਤ ਐਮਐਲਏ। ਅੱਛਾ, ਕੁਲਵੰਤ ਪੰਡੋਰੀ ਮਿੱਤਰ ਆਪਣਾ ਐਮਐਲਏ ਸਾਹਿਬ। ਜੀ ਜੀ ਹਾਂ ਕੁਲਵੰਤ ਸਿੰਘ ਪੰਡੋਰੀ। ਸਰ ਤੁਹਾਡਾ ਵਿਸ਼ਾ ਬਹੁਤ ਵਧੀਆ। ਤੇ ਇੱਕ ਮਨੁੱਖਤਾ ਲਈ ਕਿੰਨੀ ਸ਼ਰਮਨਾਕ ਗੱਲ ਹੈ। ਇੱਕ ਤਾਂ ਦੇਖੋ ਬੰਦਾ ਮੋਹਾਲੀ ਵਿੱਚ ਉਹਦਾ ਬੇਟਾ ਮਿੰਨਤਾਂ ਕਰ ਰਿਹਾ, ਉਹ ਮੇਰੇ ਬਾਪ ਨੂੰ ਆਸੀ ਦੇਣ ਲਈ ਕੋਈ ਅੱਗੇ ਆ ਜਾਓ ਮੇਰੇ ਨਾਲ ਹੈਲਪ ਕਰੋ। ਪਰ ਇੱਕ ਪਾਸੇ ਲੁਧਿਆਣੇ ਦੀ ਤੇ ਅੰਮ੍ਰਿਤਸਰ ਦੀ ਘਟਨਾ ਜਿੱਥੇ ਉਹਦੀ ਡੈਡ ਬੋਡੀ ਲੈਣ ਲਈ ਉਹ ਪਰਿਵਾਰਕ ਮੈਂਬਰ ਨਾ ਕਰ ਰਹੇ ਨੇ, ਦੇਖੋ ਸਾਡੇ ਇਨਸਾਨੀਅਤ ਲਈ ਕਿੰਨੀ ਸ਼ਰਮਨਾਕ ਗੱਲ ਹੈ। ਜੀ ਉਹੀ ਬੰਦਾ ਜਿਹੜਾ ਆਪਣੇ ਬੱਚਿਆਂ ਲਈ ਪਰਿਵਾਰ ਲਈ ਨਾ ਕੁਛ ਕਰਦਾ, ਠੱਗੀਆਂ ਟੋਲੀਆਂ ਕਰਦਾ, ਹੇਰਾ ਫੇਰੀਆਂ ਕਰਦਾ, ਤੇ ਅੱਜ ਉਹਦੀ ਡੈਡ ਬੋਡੀ ਲੈਣ ਲਈ ਉਹਦਾ ਪਰਿਵਾਰ ਤਿਆਰ। ਇਸ ਕਰਕੇ ਸਾਨੂੰ ਹੱਕ ਦੀ ਕਮਾਈ ਕਰਨੀ ਚਾਹੀਦੀ ਆ, ਜਿਵੇਂ ਤੁਸੀਂ ਕਹਿੰਦੇ ਹੋ ਬਿਲਕੁਲ ਸਹੀ ਹੈ। ਤੋ ਬਸ ਇੰਨੇ ਕਹਿ, ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਅਗਲੇ ਕਾਲਰ ਸਰ। ਸਤਿ ਸ਼੍ਰੀ ਅਕਾਲ ਤਮਾਨ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਉਹ ਹਾਂਜੀ ਮੈਂ ਬੋਲ ਰਿਹਾ ਕੈਨੇਡਾ ਤੋਂ। ਹਾਂਜੀ ਸਵਾਗਤ ਬਾਈ ਜੀ, ਕੌਣ ਬੋਲ ਰਹੇ ਹੋ? ਉਹ ਤੁਸੀਂ ਪੈਸੇ ਦੀ ਗੱਲ ਕੀਤੀ ਸੀਗੀ ਜੀ ਤਮਾਨਾ ਸਾਹਿਬ, ਮੈਂ ਉਹ ਇੱਕ ਵੀਡੀਓ ਦੇਖ ਰਿਹਾ ਸੀਗਾ ਜੀ, ਉਹਦੇ ਚ ਉਹਨਾਂ ਨੇ ਦਿਖਾਇਆ ਵੀ ਜਿਹੜੇ ਇਟਲੀ ਚ ਬੰਦੇ ਮਰੇ ਆ ਨਾ, ਉਹਦੇ ਵਿੱਚ ਮੋਸਟਲੀ 82 ਤੋਂ 80 ਸਾਲ ਤੋਂ ਉੱਪਰ ਦੇ ਬਜ਼ੁਰਗ ਜਿਹੜੇ ਓਲਡ ਹੋਮ ਚ ਰਹਿੰਦੇ ਸੀ ਨਾ ਜੀ, ਤੇ ਉਹਨਾਂ ਦੀਆਂ ਡੈਥਾਂ ਹੋਈਆਂ 60%, ਬਾਕੀ ਥੋੜੀਆਂ ਬਹੁਤ ਜਿਹੜੇ ਡਾਕਟਰ ਸੀਗੇ ਉਹਨਾਂ ਦੀਆਂ, ਯਾਨੀ ਤੁਸੀਂ ਜੋ ਸਰਚ ਕਰੋ ਤੇ ਏਦਾਂ ਹੋਇਆ ਸੀਗਾ ਜੀ। ਉਹਦੇ ਜਿਹੜੇ ਉਹ ਬਜ਼ੁਰਗ ਸੀ ਨਾ 80-80 ਸਾਲ ਦੇ, ਤੇ ਉਹਨਾਂ ਨੇ ਜਿਹੜੇ ਆਪਣੀਆਂ ਬਾਰੀਆਂ ਦੇ ਵਿੱਚੋਂ ਜਿਹੜੇ ਉਹਨਾਂ ਪੈਸੇ ਸੇਵ ਸੂਵ ਕੀਤੇ ਸਾਰੇ ਥੱਲੇ ਰੋਡਾਂ ਦੇ ਉੱਤੇ ਸਿੱਟ ਭੇਜੀਏ, ਖਡਾ ਭੇਜੀਏ। ਤੇ ਉਹਨਾਂ ਨੂੰ ਪਤਾ ਸੀਗਾ ਵੀ ਹੁਣ ਸਾਨੂੰ ਤਾਂ ਇਹ ਹੋ ਗਈ ਆ ਵੀ ਤਾਂ ਮਰ ਜਾਣਾ ਜੇ ਉਹ। ਇੱਦਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਦੇਖ ਲਓ, ਅਮਰੀਕਾ ਦੇ ਵਿੱਚ ਦੇਖ ਲਓ, ਮੋਸਟਲੀ ਜਿਹੜੀਆਂ ਮੌਤਾਂ ਹੁੰਦੀਆਂ ਕਈ ਵਾਰ ਫਲੂ ਦੇ ਨਾਲ, ਸਾਲ ਦੇ ਵਿੱਚ ਅਮਰੀਕਾ 25,000 ਮੌਤਾਂ ਹੋ ਜਾਂਦੀਆਂ, ਕਦੇ ਆਪਣੀ ਜਿਹੜੀ ਆਹ ਦੂਸਰੀਆਂ HIV ਦੀ ਬਿਮਾਰੀ ਹੋ ਗਈ, ਜਾਂ ਤੁਸੀਂ ਕੈਂਸਰ ਲੈ ਲਓ, ਜਿਹੜੀਆਂ ਬਿਮਾਰੀਆਂ ਨਾਲ 40-50,000 ਬੰਦਾ ਮਰਦਾ, ਠੀਕ ਹੈ ਨਾ, ਬਿਲਕੁਲ। ਉਹਦੀਆਂ ਮੌਤਾਂ ਹੁੰਦੀਆਂ ਸੀ ਸਾਰੀਆਂ, ਉਹ ਹੁਣ ਕਲੈਕਟ ਹੋ ਕੇ, ਕਿਉਂਕਿ ਕੋਈ ਫਰਨਲ ਕਰਨ ਨੀ ਜਾ ਰਿਹਾ, ਕੋਈ ਕੁਛ ਨੀ ਕਰਨ ਜਾ ਰਿਹਾ, ਸਾਰੇ ਅੰਦਰ ਹੀ ਪੱਠੇ ਆ। ਤੇ ਮੋਸਟਲੀ ਜਿਹੜੀਆਂ ਕੈਨੇਡਾ 'ਚ ਵੀ ਮੌਤਾਂ ਹੋਈਆਂ, ਇੱਕ ਓਲਡ ਸੀਨੀਅਰ ਹੋਮ 'ਚ 19 ਬੁੜੇ ਮਰੇ ਆ, ਇੱਕ 'ਚ 7 ਮਰੇ ਆ, ਇੱਕ 'ਚ 9 ਮਰੇ ਆ, ਯਾਨੀ ਡਿਫਰੈਂਟ ਓਲਡ ਹੋਮ ਦੇ ਵਿੱਚ ਮੌਤਾਂ ਹੋਈਆਂ। ਔਰ ਓਮ ਹੋਲਡ ਦੀ ਇੱਕ ਸਟੋਰੀ ਤੁਸੀਂ ਪਿੱਛੋਂ 6 ਮਹੀਨੇ ਪਹਿਲਾਂ ਮੈਂ ਦੇਖੀ ਸੀ, ਉਹਦੇ 'ਚ ਉਹ ਆ ਕੇ ਨਰਸ ਨੂੰ ਪੁੱਛਣ ਲੱਗਿਆ ਵੀ ਇਹ ਬੁੜਾ 82 ਸਾਲ ਦਾ, ਇਹ ਮਰਿਆ ਕਿਉਂ ਨੀ ਗਾ, ਵੀ ਹੁਣ ਨੂੰ ਤਾਂ ਇਹ ਉਹਨੇ ਦੱਸਿਆ ਵੀ ਇਹ ਦੇਖੋ ਜੀ ਇਹਦੇ ਘਰੋਂ ਨਾ ਸੂਪ ਬਣ ਕੇ ਆਉਂਦਾ ਤੇ ਨਾਲੇ ਬ੍ਰੈਡ ਵੀ ਇੱਥੋਂ ਵਾਲਾ ਖਾਣਾ ਨੀ ਖਾਂਦਾ ਹੈ। ਓਕੇ, ਕਿਉਂਕਿ ਉਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਹੁੰਦੀਆਂ, ਕਿਸੇ ਦੀ 3,000 ਹੁੰਦੀ, ਕਿਸੇ ਦੀ 5-5 ਲੱਖ, ਬੰਦਾ ਓਲਡ ਹੋਮ 'ਚ ਰਹਿੰਦਾ ਅਮਰੀਕਾ ਦੇ ਵਿੱਚ, ਕੋਈ ਕਿਤੇ ਰਹਿੰਦਾ, ਉਹ ਜਿਹੜੀਆਂ ਇੱਦਾਂ ਜ਼ਿਆਦਾ ਮੌਤਾਂ ਮੋਸਟਲੀ ਹੋ ਰਹੀਆਂ ਓਲਡ ਹੋਮਸ ਦੇ ਵਿੱਚ, ਵਾਇਰਸ ਕਿੱਥੋਂ ਜਾਵੜੀ ਮੈਨੂੰ ਤਾਂ ਸਮਝ ਨਹੀਂ ਆਉਂਦੀ। ਤੇ ਬਾਕੀ ਕੀ ਹੈ ਕਿ ਹਰੇਕ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਇਹਦਾ ਤੱਤ ਕੱਢਣਾ ਯਾਨੀ ਚੀਜ਼ਾਂ ਬਾਹਰ 'ਚ ਪਤਾ ਲੱਗਦਾ ਹੁੰਦਾ, ਕਿਉਂਕਿ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਨਾ ਇਹ ਬਹੁਤ ਖਿਲਾਰਾ ਪਾਉਂਦਾ, ਉਹਦੇ ਨਾਲ ਬਹੁਤ ਗਲਤ ਨਿਊਜ਼ਾਂ ਵੀ ਨਿਕਲਦੀਆਂ ਨੇ। ਠੀਕ ਆ, ਆਪਣਾ ਬਚਾਓ ਰੱਖੋ, ਮਾਸਕ ਪਾਓ। ਹੁਣ ਇੱਥੇ ਮਾਸਕ ਕਿਸੇ ਨੇ ਚਾਈਨਾ ਤੋਂ ਮੰਗਾਏ ਸੀ 6,00,000 ਮਾਸਕ ਕੈਨੇਡਾ 'ਚ, ਉਹਦੇ 'ਤੇ ਹੋ ਗਿਆ ਵੀ ਉਹਦੇ 'ਚੋਂ ਜਿਹੜੇ ਮਾਸਕ ਸੀ ਉਹ ਮਾਸਕ ਹੀ ਗਲਤ ਸੀਗੇ, ਤੇ ਉਹਦੇ ਨਾਲ ਕਈਆਂ ਨੂੰ ਉਹਨਾਂ ਨਾਲ ਹੋ ਗਈ ਆ। ਇੱਦਾਂ ਕਿ ਇਹਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਰਚ ਕਰਕੇ ਹੌਲੀ ਹੌਲੀ ਪਤਾ ਲੱਗਦਾ ਵੀ ਕਿੱਥੇ ਗੜਬੜ ਹੈਗੀ ਆ, ਕੀ ਹੋਣਾ ਇਹਦਾ। ਹੌਲੀ ਹੌਲੀ 2-3 ਮਹੀਨਿਆਂ ਤੱਕ ਪਤਾ ਲੱਗੂਗਾ ਜਾਣੀ ਕੀ ਹੈਗਾ। ਪਰ ਮੌਤਾਂ ਜਿਹੜੀਆਂ ਉਹ ਜਿੱਦਾਂ ਆਮ ਜਿਹੜੀਆਂ ਹੁੰਦੀਆਂ ਉਹ ਵੀ ਵਿੱਚ ਨਾਲ ਰਲਾਈ ਜਾਂਦੀਆਂ। ਬਿਲਕੁਲ ਬਿਲਕੁਲ ਬਿਲਕੁਲ, ਵਧਾ ਚੜਾ ਕੇ ਮੀਡੀਆ ਡਰਾ ਰਿਹਾ। ਹੁਣ ਤਾਂ ਅਮਰੀਕਾ ਨੇ ਵੀ ਕਹਿ ਦਿੱਤਾ ਭਾਈ ਮੀਡੀਆ ਤੋਂ ਬਚੋ, ਇੱਥੇ ਵੀ ਮੀਡੀਆ ਵਾਲੇ ਬਹੁਤ ਸਾਰੇ ਮੀਡੀਆ ਦੇ ਨਾਂ 'ਤੇ ਆ, ਜੈਲੋ ਟਿਊਬ ਜਿਹੜੀ ਹੋ ਗਈ ਹੈ ਨਾ, ਜੈਲੋ ਜਰਨਲਿਜ਼ਮ, ਯੂਟਿਊਬ ਜੈਲੋ ਟਿਊਬ ਵੀ ਬਣ ਗਈ ਹੈ, ਕਈਆਂ ਦੀ ਰੋਜ਼ੀ ਰੋਟੀ ਚੱਲਦੀ ਹੈ, ਖੈਰ ਇਸ ਤੋਂ ਉਹ ਵੀ ਲੋਕਾਂ ਨੂੰ ਬਹੁਤ ਡਰਾਉਂਦੇ ਆ। ਖੈਰ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਘਰੋਂ ਸੂਪ ਬ੍ਰੈਡ ਆਉਂਦੇ ਸੀ, ਬਿਲਕੁਲ ਅੱਜ ਅਸੀਂ ਜਿਵੇਂ ਘਰਾਂ 'ਚ ਲੋਕ ਬੰਦ ਹੋ ਗਏ ਨੇ, ਜਿਹੜੇ ਭਿਖਾਰੀ ਜਾਂ ਨਿਆਸਰੇ ਲੋਕ ਨੇ ਉਹ ਵੀ ਇਕੱਠੇ ਹੋ ਗਏ ਨੇ, ਕਈ ਮੌਤ ਦਾ ਖੌਫ ਹੈ ਲੋਕਾਂ 'ਤੇ, ਇਸ ਕਰਕੇ ਉਹ ਆਪਸ ਦੇ ਵਿੱਚ ਮਿਲਾਪ ਉਹਨਾਂ ਦਾ ਹੋ ਗਿਆ, ਕਮਿਊਨੀਕੇਸ਼ਨ ਹੋ ਗਿਆ। ਮੈਂ ਦੇਖਿਆ ਸੀ ਇੱਕ ਮੰਦਿਰ ਦੇ ਨੇੜੇ ਭਿਖਾਰੀ ਹੈ ਜਿਹੜੇ ਪਾਰਕ 'ਚ ਇਕੱਠੇ ਹੋ ਕੇ ਬੈਠੇ ਨੇ, ਦੁਨੀਆਦਾਰੀ ਦੀਆਂ ਗੱਲਾਂ ਕਰਦੇ ਨੇ। ਮੈਂ ਉਹਨਾਂ ਕੋਲ ਗਿਆ ਅਤੇ ਉਹ ਜਿਹੜਾ ਮੇਰੀ ਮੈਂ ਸੀ ਜਿਹੜੀ, ਉਹ ਲੋਕਾਂ ਦੀ ਨਿਕਲ ਗਈ ਹੈ, ਚੀਕ ਨਿਕਲ ਗਈ ਹੈ, ਡਰ ਗਏ ਨੇ ਲੋਕ ਮਨੁੱਖਤਾ ਨੂੰ, ਮਿਲਾਪ ਨੂੰ, ਆਪਸੀ ਕਮਿਊਨੀਕੇਸ਼ਨ ਨੂੰ, ਸਾਂਝਾਂ ਨੂੰ ਸਮਝਣ ਲੱਗੇ ਨੇ। ਇਸੇ ਕਾਰਨ ਡੈਥ ਰੇਟ ਆ ਜਿਹੜਾ ਇੰਡੀਆ 'ਚ ਘਟਿਆ, ਸੜਕ ਹਾਦਸੇ ਘਟੇ ਨੇ, ਹੋਰ ਮੌਤਾਂ ਕਾਟੋ ਕਲੇਸ਼ ਘਰਾਂ ਦਾ ਘਟਿਆ,
लोग डरते हैं जिहड़े एकत्र हो गए हैं, जिस तरह मरगत के वक्त असी लोग इकट्ठे हो जाने आपस कम्यूनीकेशन आता, उहदे नाल मन नूं मजबूती मिलती है। इकलापा जो बुढ़ापे नूं खत्म करता है, बंदे नूं बुढ़ापा नहीं इकलापा मारदा, वो इकलापा लोगों घट गया जिन्हों होम सिकनस कहण लग गए अजकल असी, क्योंकि अगे तड़ी पार किया जाता सी जे किसी का मतलब बाइकआउट करना सी, वो बंदा कल्ला बोल बोल के तड़फ तड़फ के मर जाता सी, जंगल की जिंदगी हंडाउंदा तड़ी पार होया। गुरजीत सिंह संधु जुड़े ने, हरपाल सिंह बाई जी, हरदीप सिंह सोढ़ी, बलजीत पाल कहिंदे करोना वायरस के कहर दे खून दे रिश्तियां दे विच फर्क पा दिता, अपना होण दा ढंडोरा पिटदे हुण हत्थ लाउण तों वी डरदे ने। हरदेव सिंह कहिंदे कई बार पहलां साडे पिंड दी गल है, गर्मियों च एक बंदा झोटा खरीद लिया ते काम कार घट गया, बरसातां शुरू हो गईयां ते झोटा सत्या होया सीगा, खफिया होया सी, ते उहने जिमीदार चक लिया सिंगां ते तो कहिंदे सिंघ फसा के उहदे कशहरे दे विच उहनूं घसीटी जावे, कहिंदे मैं चक्किया फौड़ा ते झोटे दे दो चार ठोके ते झोटा खैर उह बंदे दा बचा हो गया। पर हुण उस बेचारे जट दा छुटकारा होवे किवें, इत्थे तां पता नहीं बचा किवें हुंदा, क्योंकि भला बंदा आदत दे मुताबक आले दुआले सारयां दी सिंघ फसाई जांदा। बड़ी डूंगी गल कर गए जौल साहब, थैंक यू। गिल जुगराज कहिंदे हाँ थैंक यू, कहिंदे मजीठे वाले अमलियां नूं मौजां लग पईआं, एक दिन जिहड़े दवाई नूं तरसदे सी हुण कट्ठियां मिल गईआं, कप्तान साहब तक गल पहुँचाओ। बिल्कुल बिल्कुल जी सैम संधु साहब, गल तुहाडी दुरुस्त है, टीके मिलदे नहीं मिलदी सी तां टीके ला लैंदे सी, हुण उह वी नहीं मिलदे। जुगराज कहिंदे संधु कहिंदे सैम कहिंदे दो तीन दिनां तों हस्पताल दे विच नशा छुड़ाउण वालियां गोलियां मिलदियां सी, उह नहीं मिल रहीआं, जिथे मिलदियां ने उत्थे पुलिस नहीं जाण दिंदी। राम बाबा माणू के कहिंदे 6 to 9 तक पिंडां वाले भी करफ्यू खोल देंदे ने। बलजीत बल, अमरजीत सिंह, हरपाल सिंह मास्टर जी, तरसेम मान, अमरिंदर सिंह कलकत्तों, जगीर सिंह बैलोलपुर, मनजीत सिंह सुरखां, सत श्री अकाल जी, गुरजीत संधु, दीप गिल, जगजीत सिद्धू, अजय भुल्लर बलोचकेरा तो, सिकंदर सिंह औजला कहिंदे अमेरिका दे विच हुण तक तकरीबन 12,000 मौतां हो चुकियां ने, भयानक दौर चों लंघ रहा न्यूयॉर्क साइड। तो इस दौरान राज अटवाल साहब कहिंदे वी न्यूयॉर्क तो सुन रहे ने, एंड जतेंद्र कुमार रिकवर किया इन्हां न्यूयॉर्क तो, जतेंद्र कुमार कहिंदे जी थैंक यू, पसंद करते शो नूं। एंड इंद्रजीत सिंह उमरप्री कहिंदे मौत दे डर ने इंसानियत नूं शर्मसार किया, USO दी रिपोर्ट 12,000 डैथ्स ने, गुल जगराज होरां ने लिखिया, धन्यवाद। तुसीं ऑन एयर हो जी, हैलो। हाँ सत श्री अकाल टवाणा जी, जसवीर बोलदा जी। हाँ जी जसवीर जी, की हालात ने गंगानगर दे भाई? बहुत वधिया टवाणा जी, परमात्मा दी कृपा है जी, हजे तक तां वैसे साडा जिला तां बचिया जी। हाँ इधर ते, पर हुण पता नहीं की गल है टवाणा जी, मैं कहना चाहुंदा सी वी अज जिवें 18 दिन हो गए लॉकडाउन नूं, ते मन लो मरीजां दी जिहड़ी जनसंख्या उह सारे देश च वधी जांदी है, साडे वी बहुत वध रही है वैसे तां 350 के करीब हो गई, 22 जिलों के हो गया टवाणा जी। ओके ते बाकी तुसी जिवें पहला गल करदे टवाणा जी, हुण वैसे इत्थे तां हालात मन लो कोई मरीज है नहीं करके साडे जिले दे विच तां बहुत वधिया है। अच्छा मन लो भी खुल है माड़ी मोटी इधर उधर जाण नूं, लोक कोई समान ले आउंदे माड़ा मोटा शहर बाजारों कोई पिंडों कोई होर, बाकी आम दुकानां दुकूनां खुला तीआं थोड़ियां घणियां इन्हां ने। ओके ते किसानी ते तां उन्ना हुण नहीं कोई इन्ना पऊगा लोड, क्योंकि मशीनी जोग है टवाणा जी, हुण किहड़ा कोई आपां नूं बंदे इकट्ठे करने पैणे आ, दिक्कत आएगी थोड़ी लिफ्टिंग ते बाकी हुण मशीना नाल 10 PG तूड़ी है खेत, बस ओह तां मिट्टी सिटनी है कोई बंदे ने। ते बाकी टवाणा जी हालात साडे तां इधर तां ठीक है, समां इधर कई आ, मैं तां इह कहना चाहुंदा जी वी दवाईआं दुईआं विचारिआं नूं जिहड़े कोई लोक मजबूर है तंग है उहनां नूं मन लो वी दित्तीआं जाण, गवर्नमेंट ध्यान करे। ते पर आपां नूं 18 दिनां तों बाद इहदा रिजल्ट आउणा चाहीदा सी, इह पता नहीं की गल वध रही है, कोई जमातियां जमूतियां ते इल्जाम ला रहे, कोई कुछ कह रहा, कोई कुछ कह रहा। हाँ देखो जमाती है जिहड़े उत्थे स्टक हो गए सी उहनां तों फैली जरूर है, बाकी उह 2100 बंदा उहनां दा सारिआं दा टैसट होया उहदे चों रिजल्ट निकले ने, हुण जे बंदे सारे किते इकट्ठे होए ने उहनां दा टैसट लिया जावे तां 60,000 बंदे दा टैसट होया, जिहदे चों तकरीबन 5,000 दे करीब लोग ट्रेस होए ने, पर साढ़े टैसट भी घट ले जा रहे हैं क्योंकि किटा नहीं मिल रही, यह भी एक कारण है, पर उन्होंने टैसट होया क्योंकि उन्होंने वायरस फैल गया तो उत्तों यह वाधा गया, कुछ विदेश तो आए थे पर हूँ कुछ ही सियासत हो रही है। थैंक यू हरविंदर सिंह बाई जी जुड़े ने, संधु साहब
ਤੇ ਗੁਰਵਿੰਦਰ ਸਿੰਘ ਲਾਡੀ ਕਹਿੰਦੇ ਬਰਨਾਲੇ ਵਾਲੇ ਪਾਸੇ ਕੋਈ ਮੌਤ ਮੈਂ ਨਹੀਂ ਸੁਣੀ। ਬਿਲਕੁਲ ਮਾਲਵੇ ਦੇ ਇਸ ਖਿੱਤੇ 'ਚ ਘੱਟ ਹੈ ਜੀ। ਦੁਆਬੇ ਦੇ ਵਿੱਚ ਵੀ ਜਿਸ ਤਰ੍ਹਾਂ ਬਲਦੇਵ ਸਿੰਘ ਦੇ ਕੁਝ ਪਰਿਵਾਰਕ ਮੈਂਬਰ ਨਜ਼ਦੀਕੀ ਆਏ ਸੀ ਉਹ ਵੀ ਦਰੁਸਤ ਹੋ ਗਏ ਨੇ। ਉਮਰ ਦਰਾਜ ਬੰਦੇ ਨੇ ਮਨਮੋਹਨ ਸਿੰਘ ਪੁਰੀ ਸੀ ਦਿੱਲੀ ਦੇ ਵਿੱਚ 75-80 ਸਾਲ ਉਮਰ ਸੀ ਉਹ ਠੀਕ ਹੋ ਗਏ ਨੇ। ਜਿਹੜੇ ਸਿਸਟਮ ਨਾਲ ਲੜ ਰਹੇ ਨੇ ਉਹ ਬੰਦੇ ਠੀਕ ਹੋਏ ਨੇ। ਸੁਰਿੰਦਰ ਮਚਾਕੀ ਸਾਹਿਬ ਜੁੜੇ ਨੇ, ਬਲਵਿੰਦਰ ਸਿੰਘ ਮਡੇਰ ਕਹਿੰਦੇ ਨੀਂਦ ਕਦੋਂ ਲੈਂਦੇ ਹੋ, ਸਟੂਡੀਓ 'ਚ ਹੀ ਸੌਂ ਜਾਂਦੇ ਹੋ? ਨਹੀਂ, ਮੈਂ ਸਟੂਡੀਓ 'ਚ ਤਾਂ ਨਹੀਂ ਸੌਂਦਾ ਜੀ, ਤੁਸੀਂ ਡਰੈਸ ਤੋਂ ਹੀ ਪਤਾ ਲੱਗ ਜਾਂਦਾ ਹੋਣਾ। ਮੈਂ ਤਾਂ ਘਰੇ ਜਾਂਦਾ, ਪਰ ਸਾਡੇ 5-6 ਵਰਕਰ ਹੈ, ਵਿਰਕ ਭਰਾ ਨੇ ਦੋਨੇ, ਨੀਰਜ ਹੋਰੀ ਨੇ, ਸਾਡੇ ਸਟੂਡੈਂਟ ਹੈ ਇੱਥੇ ਜਿਹੜਾ ਹੈਗਾ ਸਟਾਫ, ਖਾਣਾ ਆਪ ਬਣਾਉਂਦੇ ਨੇ ਮੁੰਡੇ, ਗੁਰਪ੍ਰੀਤ ਹੈ, ਜਿੰਨੇ ਵੀ ਇਕੱਠੇ ਖਾਣਾ ਬਣਾਉਂਦੇ ਨੇ, ਸਾਡੇ ਸਿਕਿਉਰਿਟੀ ਵਾਲੇ ਬਾਈ ਜੀ ਨੇ ਖਾਣਾ ਆਪ ਬਣਾਉਂਦੇ ਨੇ, ਸਿਕਿਉਰਿਟੀ ਵਾਲੇ ਬਾਈ ਜੀ ਜਿਹੜੇ ਸਾਡੇ ਸੁਰੱਖਿਆ 'ਤੇ ਨੇ ਉਹ ਵੀ ਮਤਲਬ ਦੋ ਦੋ ਤਿੰਨ ਤਿੰਨ ਦਿਨ ਇਕੱਠੇ ਲਾ ਜਾਂਦੇ ਨੇ, ਫਿਰ ਚਲੇ ਜਾਂਦੇ ਨੇ। ਇਹ ਕੋਈ ਸਬਜ਼ੀ ਕੱਟੀ ਜਾਂਦਾ, ਪੂਰਾ ਮਤਲਬ ਲੰਗਰ ਵਾਲਾ ਮਾਹੌਲ ਹੈ, ਕਿਉਂਕਿ ਬਾਹਰੋਂ ਤਾਂ ਆ ਨਹੀਂ ਸਕਦਾ। ਅਤੇ ਮਤਲਬ ਜਿਹੜੇ ਮੈਰਿਡ ਨੇ ਉਹ ਵੀ ਛੜੇ ਛੜਾਂਗ ਹੀ ਹੋ ਗਏ, ਕਿਉਂਕਿ ਦੋ ਦੋ ਤਿੰਨ ਤਿੰਨ ਦਿਨ ਘਰੋਂ ਬਾਹਰ ਰਹਿਣਾ ਪੈਂਦਾ। ਹੁਣ ਮੈਨੂੰ ਸਟੂਡੀਓ 'ਚੋਂ MCR 'ਚੋਂ ਆਵਾਜ਼ਾਂ ਆ ਰਹੀਆਂ ਸਨ ਬ੍ਰੇਕ ਦੌਰਾਨ ਨੀਰਜ ਹੋਰਾਂ ਦੀਆਂ, ਉਹ ਕਹਿੰਦਾ ਵਿਰਕ ਚਾਹ 'ਚੂ ਬਣਾ ਲੈ। ਮਤਲਬ ਸਲੂਟ ਹੈ ਯਾਰ, ਕਿੰਨਾ ਦੇਖੋ ਵੇਜ਼ ਸਭ ਦੇ ਹੈ, ਮਿਲ ਹੀ ਜਾਣੇ ਆ। ਪਰ ਇਸ ਮੌਕੇ 'ਤੇ ਵੀ ਇੱਕ ਪਾਸੇ ਖੌਫ ਹੈ ਕਿ ਯਾਰ ਕਰੋਨਾ ਨਾ ਹੋ ਜਾਵੇ, ਇੱਕ ਪਾਸੇ ਭਾਵੇਂ ਸਾਡੇ ਸਟੂਡੀਓ ਵਾਲੇ ਨੇ, ਮੀਡੀਆ ਵਾਲੇ ਨੇ, ਪੁਲਿਸ ਵਾਲੇ ਨੇ, ਡਾਕਟਰ ਨੇ, ਬਹੁਤ ਲੋਕ ਅੱਜ ਵੀ ਸਿਰੜ ਦੇ ਨਾਲ ਲੜ ਰਹੇ ਨੇ ਸਿਸਟਮ ਨਾਲ, ਮਤਲਬ ਜੋਬ ਨਿਭਾ ਰਹੇ ਨੇ। ਮੈਂ ਵੇਖਦਾ ਕਿ ਅਸੀਂ ਤਾਂ ਚਲੋ ਸਵੇਰੇ ਸਵੇਰੇ ਆਪਣੀ ਚਾਹ ਬਣਾ ਕੇ ਆ ਜਾਂਦੇ ਹਾਂ, ਅਤੇ ਮੁਸ਼ਕਲ ਹੋ ਜਾਂਦਾ, ਯੂਜ਼ ਟੂ ਨਹੀਂ ਹੈਗੇ ਸਾਧਨ। ਚਲੋ ਠੀਕ ਹੈ, ਕੰਟੀਨ ਹੈ, ਸਾਰਾ ਕੁਛ ਹੈ, ਪਰ ਬਹੁਤ ਮੁਸ਼ਕਲ ਆ। ਪਰ ਫਿਰ ਵੀ ਸਲੂਟ ਹੈ ਇਹਨਾਂ ਸਾਰੇ ਸੱਜਣਾਂ ਨੂੰ ਲੜ ਰਹੇ ਨੇ। ਬਾਕੀ ਤੁਸੀਂ ਨੀਂਦ ਦੀ ਗੱਲ ਕੀਤੀ ਹੈ ਜੀ, 3-4 ਘੰਟੇ ਨੀਂਦ ਲਈਦੀ ਹੈ, ਹਲਦੀ ਵਾਲਾ ਦੁੱਧ ਪੀ ਕੇ ਸੌਂ ਜਾਈਦਾ ਅਤੇ ਨੀਂਦ ਆਉਂਦੀ ਬਹੁਤ ਹੈ। ਕਈ ਵਾਰੀ ਬਿਨਾਂ ਅਲਾਰਮ ਤੋਂ ਹੀ ਉੱਠ ਖੜੀ ਦਾ, ਅਲਾਰਮ ਭਾਵੇਂ ਲਾਇਆ ਹੁੰਦਾ ਟਾਈਮ ਫਿਕਸ ਕਰਕੇ, ਪਰ ਹਫ਼ਤੇ ਦੇ 5 ਦਿਨਾਂ 'ਚੋਂ ਮੇਰੇ ਖਿਆਲ 2 ਕੁ ਦਿਨ ਅਲਾਰਮ 'ਤੇ ਉੱਠੀ ਦਾ ਅਤੇ 3 ਦਿਨ ਅਤੇ ਉਸ ਤੋਂ 5-10 ਮਿੰਟ ਪਹਿਲਾਂ ਹੀ ਉੱਠ ਖੜੀ ਦਾ। ਸੋ ਇਸ ਕਰਕੇ ਜੋਬ ਹੈ ਜੀ, ਕਰਨੀ ਚਾਹੀਦੀ ਹੈ, ਅੱਛਾ ਲੱਗਦਾ। ਸੋ ਬੰਦਾ ਕਿਸੇ ਨਾ ਕਿਸੇ ਕਾਰਜ ਦੇ ਵਿੱਚ ਪਿਆ ਹੋਵੇ, ਅੱਛਾ ਲੱਗਦਾ, ਤੁਹਾਡਾ ਪਿਆਰ ਹੈ, ਜਿਸ ਬਦੌਲਤ ਆ ਜਾਂਦੇ ਉੱਠ ਕੇ, ਇੱਦਾਂ ਦੀ ਕੋਈ ਗੱਲ ਨਹੀਂ। ਤੁਸੀਂ ਆਨਰ ਹੋ ਸਰ, ਗ੍ਰੰਥਾਂ ਦੇ ਵਿੱਚ ਵੀ ਲਿਖਿਆ ਵੀ ਜਦੋਂ ਕੋਈ ਵੀ ਮਹਾਂਮਾਰੀ ਪੈਂਦੀ ਆ ਨਾ, ਉਹਦੇ ਨਾਲ ਘੱਟ ਮੌਤਾਂ ਕੀ ਜਿਹੜੇ ਡਰ ਦੇ ਨਾਲ ਜਾਂ ਫਿਕਰ ਦੇ ਨਾਲ ਮਰ ਜਾਂਦੇ ਜ਼ਿਆਦਾ। ਬਿਲਕੁਲ ਬਿਲਕੁਲ, ਹਾਂਜੀ, ਜਿਹਨਾਂ ਨੂੰ ਪਤਾ ਚੱਲਦਾ ਵੀ ਮੈਨੂੰ ਕਰੋਨਾ ਹੋ ਗਿਆ ਜਾਂ ਝੂਠੀ ਉਹਦਾ ਸੱਚੀ ਰਿਪੋਰਟ ਆ, ਉਹ ਬੰਦਾ ਰਿਕਵਰੀ ਵੱਲ ਘੱਟ, ਮੌਤ ਵੱਲ ਜ਼ਿਆਦਾ ਵਧਣ ਲੱਗ ਜਾਂਦਾ ਜੀ। ਇਸ ਚੀਜ਼ ਤੋਂ ਦੂਰ ਹਟ ਕੇ ਜਿਹੜਾ ਹੈਗਾ ਮਤਲਬ ਆਪਣੇ ਆਪ ਨੂੰ ਤੁਸੀਂ ਜਿਹੜਾ ਇਕਾਂਤ ਰੱਖਣਾ, ਦਵਾਈ ਲਓ ਤੇ ਪੋਜ਼ਿਟਿਵ ਸੋਚੋ ਤੇ ਆਪਣੀ ਜਿਹੜਾ ਗੁਰਬਾਣੀ ਜਾਂ ਜੋ ਕੁਛ ਵੀ ਤੁਸੀਂ ਧਿਆਨ ਦੇ ਉਹ ਧਿਆਓ। ਤੇ ਬਾਕੀ ਵੀਰ ਜੀ ਦੇਖੋ, ਗੌਰਮੈਂਟਾਂ ਨੇ ਆਪਣੀ ਨਾਕਾਮੀਆਂ ਛੁਪਾਉਣ ਦੇ ਵਾਸਤੇ ਕਦੇ ਥਾਲੀਆਂ ਖੜਕਵਾ ਦੀਆਂ, ਕਦੇ ਮੋਮਬੱਤੀਆਂ ਜਗਵਾ ਦੀਆਂ। ਇਹਨਾਂ ਨੇ ਅੱਜ ਤੱਕ 70-72 ਸਾਲ ਦੇ ਵਿੱਚ ਨਾ ਹੀ ਸਾਡਾ ਹੈਲਥ ਸਿਸਟਮ ਸੁਧਾਰਿਆ, ਨਾ ਹੀ ਐਜੂਕੇਸ਼ਨ। ਇਹਨਾਂ ਨੇ ਸਿਰਫ ਤੇ ਸਿਰਫ ਜਿਹੜੀ ਆਮ ਪਬਲਿਕ ਆ ਉਹਨਾਂ ਦਾ ਖੂਨ ਚੂਸਿਆ। ਦੇਖੋ ਹੁਣ ਖੂਨ ਚੂਸਣ ਵਾਲੇ ਖੁੱਡਾਂ 'ਚ ਵੜ ਗਏ, ਕੋਈ ਨੀ ਬਾਹਰ ਨਿਕਲ ਰਿਹਾ ਜੀ, ਕੁਝ ਅੰਤਰ ਜਾ ਰਿਹਾ। ਉਹਨਾਂ ਨੇ ਫੱਟੇ ਲਿਖ ਕੇ ਲਾ ਦੇ ਵੀ ਐਵੇਂ ਤੱਕ ਮੁਲਾਕਾਤਾਂ ਨੀ ਹੋਣਗੀਆਂ ਜੀ। ਇਹ ਕੋਈ ਜਿਹੜੀ ਜਦੋਂ ਤੁਸੀਂ ਆਪਣੇ ਵੋਟਾਂ ਲੈਣੀਆਂ ਹੁੰਦੀਆਂ ਜਾਂ ਆਪਣੇ ਆਪ ਨੂੰ ਤੁਸੀਂ ਉਹਨਾਂ ਗੱਡੀਆਂ ਤੇ ਉਹਨਾਂ ਪੋਜੀਸ਼ਨ ਤੇ ਪਹੁੰਚਣਾ, ਉਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ। ਅੱਜ ਲੋਕਾਂ ਨੂੰ ਤੁਹਾਡੀ ਲੋੜ ਆ, ਤੁਸੀਂ ਕਿਉਂ ਨੀ ਲੋਕਾਂ 'ਚ ਆਉਂਦੇ? ਇਹ ਤਾਂ ਨਹੀਂ ਡਰ ਲੈਣਾ ਚਾਹੀਦਾ। ਜੇ ਤੁਸੀਂ ਇੰਨੇ ਡਰਪੋਕ ਆ ਤੇ ਫਿਰ ਤੁਸੀਂ ਆਪਣਾ ਸਾਰਾ ਕੁਛ ਛੱਡੋ। ਬਾਕੀ ਜਨਤਾ ਨੂੰ ਵੀ ਧਿਆਨ ਦੇਣਾ ਚਾਹੀਦਾ, ਜਿਹੜੇ ਤੁਹਾਡੇ ਨਾਲ ਅੱਜ ਖੜੇ ਤੁਸੀਂ ਉਹਨਾਂ ਦੇ ਬਾਰੇ ਪੋਜ਼ਿਟਿਵ ਸੋਚਿਆ ਕਰੋ। ਬਾਕੀ ਐਵੇਂ ਹਰ ਇੱਕ ਦੇ ਪਿੱਛੇ ਜਿੰਦਾਬਾਦ ਜਾਂ ਮੁਰਦਾਬਾਦ ਦੇ ਨਾਲ ਨਾਲ ਲਾਇਕ ਰਹੋ ਜੀ। ਬਹੁਤ ਬਹੁਤ ਧੰਨਵਾਦ। ਅਸਲ ਦੇ ਵਿੱਚ ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਸੁਰਿੰਦਰ ਸਿੰਘ ਨੇ ਬਾਜੀ ਆਪਣੇ ਜਰਨਲਿਸਟ ਮਿੱਤਰ, ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਜਿਹੜਾ RSS ਹੈ ਇਹਦੇ ਜਿਹੜਾ ਪੋਲੀਟੀਕਲ ਵਿੰਗ ਹੈ ਜਨਸੰਘ, ਜਿਹਨੇ ਇਲੈਕਸ਼ਨ ਲੜੀ ਸੀ, ਉਹਦੇ 40 ਸਾਲ ਪੂਰੇ ਹੋਏ ਨੇ BJP ਦੇ। ਖੈਰ ਜਨਸੰਘ ਦਾ ਚੋਣ ਨਿਸ਼ਾਨ ਜਿਹੜਾ ਹੈਗਾ ਉਹ ਦੀਵਾ ਸੀ, ਬੜੇ ਲੰਮੇ ਸਾਲ ਇਹ ਦੀਵਾ ਚੋਣ ਨਿਸ਼ਾਨ 'ਤੇ ਚੋਣ ਲੜਦੇ ਰਹੇ ਨੇ, ਇਸੇ ਕਰਕੇ 40 ਸਾਲ ਪੂਰੇ ਹੋਏ ਨੇ ਅਗਲੇ ਦਾ ਦੀਵਾ, ਹੁਣ ਮਗਧਾ ਚਮੱਖੀ ਆ ਦੀਵਾ। ਸੋ ਦੀਵੇ ਨੂੰ ਯਾਦ ਕੀਤਾ ਉਹਨਾਂ ਨੇ ਦੀਵੇ ਦੇ ਬਹਾਨੇ। ਪਰ ਜਿਸ ਤਰ੍ਹਾਂ ਦੇਸ਼ ਨੂੰ ਵੰਡਿਆ ਕਿ ਕੁਛ ਇੱਕ TV ਚੈਨਲਾਂ ਨੇ ਕਿਹਾ ਕਿ ਤੁਹਾਡੇ ਆਲੇ ਦੁਆਲੇ ਦੀਵਾ ਕਿਹਨੇ ਨਹੀਂ ਜਗਾਇਆ, ਉਹਦੀ ਸ਼ਨਾਖਤ ਕਰੋ, ਜਾਣੀ ਉਹ ਜਿਨ੍ਹਾਂ ਨੇ ਦੀਵਾ ਨਹੀਂ ਜਗਾਇਆ ਨਾ ਉਹ ਦੇਸ਼ ਭਗਤ ਨਹੀਂ ਹੈਗੇ, ਦੀਵਾ ਜਗਾਉਣ ਵਾਲੇ ਦੇਸ਼ ਭਗਤ ਨੇ। ਮਤਲਬ ਲੋਕਾਂ ਨੂੰ ਇੱਥੇ ਵੀ ਵੰਡ ਦਿੱਤਾ ਇਸ ਕੱਚ ਕਰੜ ਮੀਡੀਏ ਨੇ, ਕੁਝ ਮੀਡੀਏ ਨੇ। ਤੁਸੀਂ ਆਨਰ ਹੋ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੋਲੋ ਸਾਹਿਬ।
गंगा फलाने चो निकली चेंज चो निकली इन्होंने नैना देवी बना देना मोदी हर मोदी मोहब्बती मोदी रेखा रख दी लक्ष्मण भुल गया अज कोई दुख नी कोई रोग नी कोई बीमारी नी साडे इलाके च की सारे जिलिया दे विच कोई नी बठिंडा मानसा इन्हां दे इक्को ही तरह सी गरीबी गरीबी ते बेरोजगारी भुखमरी अगे छाती संभाला था नी जो दस दिन भी मतलब उधर पानी आया ने ना जेडे पिंड डुब गए पुलिस जागरनी रात पुलिस जा जाके शराबा पी सौ जो भरावो पागल हो जाओगे कमले हो जाओगे हूं एक पिंड च भी पच्ची पच्ची कमले हो गए तीन तीन सौ बंदा लगा पा घर चो चारा कोई मेनू पुलिस की चुंडी खवा दो मेनू दूजा गोली खवा दो कोई शराब पिया दो सब काम बंद करके ठेके त्राशी की मोहम्मद तुगलक जी आपकी फौज मारी ना और उसे तरह कैप्टन बड़ी देर लोग छित्र मार करके जिम्मे हाईलाइट होर वा था यह की समझता पे 75,000 किसान मरिया जिन्हों का आप 12-13,000 गिने हर पिंड च 5-5-7-7 किसी के घर भी नहीं आए अच इन की मजबूरी है मनेजर की मजबूरी है किसान मनेजर अंदर भी बैठे ठेकेदार की मजबूरी है बहुत बहुत धन्यवाद रविंदर जोशन कहते भी आना किसी दिन स्टूडियो बिल्कुल जरूर आओ जी बिल्कुल जी टी रोड से स्टूडियो मित्रां दा यूनिवर्सिटी के सामने ग्लोबल पंजाब दा पुल तो दीन दा उच्चों तो जरूर आओ जी आ माहौल ठीक होने तो बाद हरदेव सिंह जौल धन्नवाद जी प्रोग्राम नूं पसंद कर रहे हो जौल साहब बलविंदर सिंह मौड़ कहिंदे बहुत वधिया प्रोग्राम है धन्नवाद तो कहिंदे मौड़ साहब कहिंदे बलजिंदर सिंह कहिंदे साडे मोगे चो पिंड चींदा जिथे वह केस पॉजिटिव आए हैं जो जमाती सन हाँ बिल्कुल उन्हां तों स्प्रैड जरूर होया उमरप्रीत साहब भी जुड़े ने धन्नवाद है वो बिल्कुल उत्थों स्प्रैड जरूर होया गुरादत्ता सिंह संधू होर ने बड़ा बड़े अच्छे गीतकार ने उन्होंने भी इस बारे सिक्ख्या दा गीत लिखा समाजिक सारोकारां ते बहुत सोहना लिखते हैं रणधीर सिंह काकोप्रिय कक्केप्रिय कहिंदे जी जेकर सारे पूरी तरह करोना वायरस नूं सीरीयस लैंदे तां 21 दिनां दे विच बहुत वधिया नतीजे सामने आउंदे सी आ चेन तां टुट रही है जी ते विश्व स्वरूप चौधरी बारे जिक्र कीता मनिंदर सिंह होरां ने तुसीं आखिरी कॉल है सर बलदेव प्रताप मली साहब तुहाडा भी धन्नवाद है तुसी ऑनर हो सर सत श्री अकाल टोना साहब सत श्री अकाल जी हेलो हाँ शर्मा साहब लंघे आओ भाई जी सत श्री अकाल नमस्कार हाँ जी टोना साहब दरअसल गल है कि जिहड़ी ये कोरोना वायरस की बीमारी है ना तुसी देखो कि ये एक मुल्क की नहीं या एक डिस्ट्रिक्ट की नहीं और ये सारी दुनिया दे विच फैली है जिन्हें के लोगों की हमदर्दी नू या एक दूजे के प्यार नू बहुत ज्यादा नेड़े कर दिता नहीं अगे कई दफा सी आंदा सीगा कि जे वो फ्लड आया तो एक हिस्से आया कोई महामारी आई है तो एक मुल्क च आई है दूजे मुल्क वाले लोग सी जिहड़े ਉਹਨੂੰ ਕੋਈ ਇੰਨੀ ਪੀੜ ਨਹੀਂ ਸੀ ਸਮਝਦੇ ਔਰ ਇਹਦੇ ਨਾਲ ਇਹ ਹੋਇਆ ਕਿ ਜਿਹੜੀ ਸਾਂਝੀਵਾਲਤਾ ਜਿਹੜੀ ਹੈਗੀ ਆ ਪਿੰਡਾਂ ਦੇ ਵਿੱਚ ਵੀ ਜਿਹੜੀ ਗਰੁੱਪਬਾਜੀ ਸੀ ਉਹ ਇਸ ਟਾਈਮ ਨਹੀਂ ਹੈ ਔਰ ਗਰੀਬਾਂ ਲੋਕਾਂ ਨੂੰ ਜਿਹੜੀ ਫੂਡ ਵਗੈਰਾ ਦੇਣ ਦਾ ਸਭ ਪਾਸੇ ਦੇ ਮੇਰੇ ਕੰਟੈਕਟ ਨਿਤ ਰਹਿੰਦੇ ਆ ਪੰਜਾਬ ਦੇ ਵਿੱਚ ਜਿੱਥੇ ਮੇਰੀਆਂ ਰਿਸ਼ਤੇਦਾਰੀਆਂ ਜਾਂ ਯਾਰ ਦੋਸਤ ਹੈਗੇ ਆ ਔਰ ਬੜਾ ਚੰਗਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਬਚਾਅ ਠੀਕ ਹੈ ਕਿ ਮੈਡੀਕਲ ਇਕੁਪਮੈਂਟਾਂ ਦੀ ਕਮੀ ਹੋਣ ਕਰਕੇ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਵੱਖਰੀ ਗੱਲ ਹੈ ਕਿ ਉਹ ਇੱਥੋਂ ਦੀ ਆਬਾਦੀ ਦੇ ਹਿਸਾਬ ਨਾਲ ਜਾਂ ਟੈਕਨੀਕ ਦੇ ਹਿਸਾਬ ਨਾਲ ਲੋਕ ਕਿੰਨੇ ਕੁ ਬਣਾਉਂਦੇ ਆ ਕਿੰਨੇ ਕੁ ਨਹੀਂ ਬਣਾਉਂਦੇ ਕਿਉਂਕਿ ਇਹ ਵਿਕਸਿਤ ਮੁਲਕ ਹੈਗੇ ਆ ਜਿਨ੍ਹਾਂ ਨੇ ਬਹੁਤ ਕੁਛ ਤਿਆਰ ਕੀਤਾ ਵਾ ਜਿਨ੍ਹਾਂ ਨੇ ਬਾਈਪਾਸ ਸਰਜਰੀ ਆ ਇੱਥੇ ਕਦੋਂ ਦੀ ਹੋਣ ਲੱਗੀ ਆ ਔਰ ਮਨੁੱਖ ਦਾ ਦਿਲ ਕੱਢ ਕੇ ਇੱਕ ਪਾਸੇ ਰੱਖ ਦਿੰਦੇ ਆ ਤੇ 6-7 ਘੰਟੇ ਬੰਦੇ ਨੂੰ ਆਰਟੀਫਿਸ਼ਲ ਜਿਹੜੇ ਹੈਗੇ ਉਹ ਜ਼ਿੰਦਗੀ ਦੇ ਕੇ ਬੰਦੇ ਦੇ ਸਾਈਕਲ ਦੀ ਰਿਪੇਅਰ ਵਾਂਗੂ ਦਿਲ ਦੀ ਰਿਪੇਅਰ ਕਰ ਦਿੰਦੇ ਆ ਇਸ ਕਰਕੇ ਇਹਨਾਂ ਮੁਲਕਾਂ ਦਾ ਜਿਹੜਾ ਦੇ ਉੱਤੇ ਵੀ ਇਸ ਚੀਜ਼ ਦਾ ਦਬਾਅ ਹੈ ਇਹ ਚੀਜ਼ ਹੀ ਐਸੀ ਆ ਔਰ ਮੈਨੂੰ ਅੱਜ ਤੱਕ 30 ਸਾਲ ਪਹਿਲਾਂ ਕਿਸੇ ਬੰਦੇ ਨੇ ਗੱਲ ਕਹੀ ਸੀ ਕਿ ਚਾਈਨਾ ਜਿਹੜਾ ਹੈਗਾ ਜਾਂ ਇੱਕ ਚੀਜ਼ ਇਹੋ ਜਿਹੀ ਹੈਗੀ ਆ ਕਿ ਉਹ ਪੈਦਾ ਕਰ ਸਕਦਾ ਕਿ ਉਸ ਮੁਲਕ ਦੇ ਵਿੱਚ ਉਸ ਟਾਈਪ ਦੀ ਬਿਮਾਰੀ ਦੇ ਨਾਲ ਜਿਹੜਾ ਹੈਗਾ
थैंक यू, थैंक यू जी, बहुत बहुत धन्यवाद भाई जी अवतार सिंह राणू जुड़े ने, धन्यवाद अमेरिका तो हॉबी गरेवाल जी। सो ज्ञान सिंह जी सारे का धन्यवाद, सो आप सब सज्जनों का धन्यवाद। इस वक्त जिहड़े जिहड़े लोग इस महामारी के दौरान अपनी अपनी जॉब ते जरूरी सेवावां दे विच डटे ने, भावें डॉक्टर ने, पायलट ने, साडे ट्रकां वाले वीर ने, बलदेव धालीवाल होरां दा कल सुनेहा आया, बीसी तो चलते हैं जो टोरंटो नूं, कहिंदे टूटियां तो जिथे कॉफी हाउस कॉफी शॉप वगैरह उत्थे पानी लैण तो सानू कहिंदे रोक दिता जांदा, अदरवाइज़ कोई प्रॉब्लम नहीं, लोग बड़ा सत्कार भी कर रहे हैं। देखो जॉब है, नौकरी है, जिस तरह साडे जवान फ्रंट ते लड़दे ने, इस वक्त इस महामारी नाल बहुत लोग लड़ रहे हैं, मीडिया च भी बड़े अच्छे लोग ने जो इनफॉर्मेशन देंदे ने लोगों नूं, जिस तरह कम्युनिकेशन पुज रहा, लोगों का टाइम अच्छा पास हो जाता है, अपने विचारां दा प्रगटावा हो जाता, सो उस दौरान वह भी अपनी अच्छी जॉब निभा रहे हैं। सो संसार के सुखां नूं माणिए, संसार के असल सच नूं समझिए, शायद इस बीमारी ने महामारी ने सानूं बहुत वधिया लैसन दिता, बशर्ते असी इस तों थोड़ा जिहा सीखीए, वो जिहड़े लक्षण असी करदे आ ना उहनां तों गुरेज़ करिए। सो साडे टीम मैंबर सुखी जी MCR तों, नीरज भाई, गुरवीर विरक, सो सारी टीम का धन्नवाद जिन्हां दी बदौलत यह प्रोग्राम तुहाडे तक पुजदा है। शामी फिर कुछ घंटे तक होएगा प्रोग्राम ग्लोबल गलबात भारतीय समा 7:30 तो 8:30 तक ग्लोबल गलबात लैके जुड़ांगे, तद तक तुहाडा ते साडा रब रखा, बहुत बहुत धन्नवाद, सत श्री अकाल।